ਜੋ ਦਿਨ ਆਵੇ ਸੋ ਦਿਨ ਜਾਹੀ ਕਰਨਾ ਕੁਛ ਰਹਿਣ ਤਿਰਨਾ ਹੀ ਸੇਠਾ ਜਗੇ ਤੇਰਾ ਪਾਣਾ ਸੱਚੀ ਸਾਜਨ ਪਏ ਸੱਚੇ ਗੁਰਦੇ ਜਾਣੀ ਸੁਣਦੇ
ਪ੍ਰੀਤਮ ਹਾਤ ਦਿਵਸ ਰਾਤ ਦੁਇਦਾਈ ਰਾਇਆ ਇਸ ਦਿਨ ਜਗ ਚੰਗਿਆਇਆ ਪੁਰਿਆਇਆ ਵਚੈ ਕਰਮ ਹੰਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਨਾਮ ਗੋਦਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਪਾਤਸ਼ਾਹ ਜਸਮੀ ਪ੍ਰਥਮ ਭਗਵਤੀ ਸਿਮਰ ਗਏ ਗੁਰੂ ਨਾਨਕ ਦੇਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਓ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਣ ਦਿਆ ਵਿਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹਾਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਕਰਕੇ ਬੋਲੋ ਜੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਅਰਦਾਸ ਹੈ ਪਾਤਸ਼ਾਹ ਜੀ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੇ ਮਹਾਂਬਾਕਾ ਦੇ ਅਨੁਸਾਰ ਆਪ ਜੀ ਦੇ ਦਰ ਘਰ ਦੇ ਸੇਵਕ ਪਾਤਸ਼ਾਹ ਜੀ ਤੇਜਵੰਤ ਸਿੰਘ ਜੀ ਇਸ ਸੰਸਾਰਕ ਯਾਤਰਾ ਕਰਦੇ ਹੋਏ ਪ੍ਰਲੋਕ ਸੁਧਾਰ ਗਏ ਸਨ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਉਹਨਾਂ ਦੀ ਧਨੁਸ ਪਤਨੀ ਵੱਲੋਂ ਅਥਵਾ ਸਾਰੇ ਪਰਿਵਾਰ ਵੱਲੋਂ ਪਾਤਸ਼ਾਹ ਮਹਾਰਾਜ ਤੁਰਕੀ ਬਾਣੀ ਆਈ ਤਿੰਨ ਸਗਲੇ ਚਿੰਤ ਮਿਟਾਈ ਜੀ ਦੇ ਸ੍ਰੀ ਸਹਿਜ ਪਾਠ ਆਰੰਭ ਕਰਾ ਕੇ ਆਪ ਆਪਣੇ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸੇਈ ਪਿਆਰੇ ਮਿਲੋ ਜਿਨ੍ਹਾਂ ਮਿਲੇ ਤਰ ਨਾਮ ਜਿੱਤੇ ਆਵੇ ਨਾਨਕ ਨਾਮ ਚੜ੍ਹਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹੱਲਾ ਪੰਜਵਾਂ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸਮਾਨੇ ਹਾਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜਰ ਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਉਹ ਪਿਛੜੀ ਹੋਈ ਆਤਮਾ ਭਾਈ ਤੇਜਵੰਤ ਸਿੰਘ ਜੀ ਰਾਣਾ
ਜੋ ਸਾਨੂੰ ਸਦੀਵੀ ਵਿਛੋੜਾ ਦੇ ਕੇ ਅਕਾਲ ਪੁਰਖ ਦੇ ਹੁਕਮ ਅਨੁਸਾਰ ਚਲੇ ਗਏ ਨੇ, ਉਹਨਾਂ ਦੇ ਅੰਤਮ ਅਰਦਾਸ ਦੇ ਵਿੱਚ ਆਪਾਂ ਜੁੜ ਬੈਠੇ ਹਾਂ। ਸਿਰਫ 2-4 ਮਿੰਟ ਆਪ ਜੀ ਦੇ ਲੈਣੇ ਨੇ। ਬੜੇ ਪਿਆਰ ਦੇ ਨਾਲ ਮਿੱਠਾ ਲੱਗੇ ਤੇਰਾ ਬਾਣਾ।
ਕਛ ਨਸੀ ਤਾਕ ਕਿਆ ਕਰਤਾ ਜਬ ਕਛ ਨਸੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਤੇਰਾ ਪਾਣਾ ਦਇਆ ਕਰੋ
ਨਾ
ਸਦਾ ਸਾਰੇ
ਪੁੱਛੀ ਨਾ
ਬਿਨੰਤੀ
ਸਦਾ ਸਿਰ
ਸਜਣ ਕੈ ਮਨ ਵਸਿਆ ਵਾਜੇ ਸ਼ਬਦ ਗਣੇ ਕਹੇ ਨਾਨਕ ਸੱਚੇ ਸਾਹਿਬ ਆਧਾਰ ਮੇਰਾ ਜਨ ਭੁੱਖਾ ਸਭ ਕਰ ਸ਼ਾਂਤ ਸੁਖ ਮਨ ਆਨ ਸਿਆ ਜਨ ਇੱਛਾ ਦਾਪੁਰ ਵਾਨਕ ਦਾਪੁਰ ਬੇਟੋ ਜਿਸ ਦੀ ਕਹੇ ਨਾਨਕ ਸੁਣੋ ਸੰਤੋ ਸਭ ਤਰੋ ਪਿਆਰੋ ਸਾਜੇ ਸਾਬਦ ਵਾਜੇ ਕਲਾ ਜਿਸ ਪੰਚ ਦੁੱਧ ਦੁੱਧ ਵਾਸ ਕੀਤੇ ਕਰਮ ਪਾਇਆ ਗੁਰਜਰ ਕੋ ਸੇ ਨਾਮ ਹਰ ਕੇ ਨਾਦੇ ਕਹੇ ਨਾਨਕ ਤੈ ਸੁਭਵਾ ਅਨੰਦ ਸੁਨੋ ਬੜ ਭਾਗਿਓ ਸਗਲ ਮਨੋਰਥ ਪੂਰੇ ਪਾਰ ਪਰਮ ਪ੍ਰਪਾਇਆ ਕੁਕਰੋ ਸੰਤਾਪ ਉਤਰੇ ਸੋਹਣੀ ਸੱਚੀ ਸੰਤ ਸਾਜਨ ਪੈ ਸੱਜੇ ਪੂਰੇ ਗੁਰਤੇ ਜਾਣੀ ਸੁਣਦੇ ਪੁਨੀਤ ਕਹਦੇ ਪਵਨ ਸਤਗੁਰ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਦਿਵਸ ਰਾਤ ਦੁਏ ਦਾਈ ਦਇਆ ਸਗਨ ਜਗ ਖੇਤੀ ਛੁੱਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਦਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਪਾਤਸ਼ਾਹੀ ਜਸਮੀ ਕਿਰਥਮ ਭਗਵਤੀ ਸਿਮਰ ਗਏ ਗੁਰੂ ਨਾਨਕ ਦੇਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਓ ਜਿਸ ਡਿੱਠੇ ਸਭ ਦੁਖ ਜਾਏ ਤੀਕ ਬਹਾਦਰ ਸਿਮਰਿਆ ਕਰਨਾਉਣ ਦਿਆ ਵੇਧਾਏ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹਾਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤੀਆਂ ਹੱਠੀਆਂ ਤੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਤਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਕੇ ਨੁਹਾਈਆਂ ਚਰਖੀਆਂ ਤੇ ਚੜੇ ਗਏ ਔਰ ਨਾਲ ਚੜਾਏ ਗਏ ਗੁਰਦੁਆਰੇ ਸੇਵਾ ਦੀ ਬੇਅੰਤ ਕੁਰਬਾਨੀ ਕੀਤੀਆਂ ਸਿੱਖੀ ਧਰਮ ਆਰਿਆ ਸਿੱਖੀ ਕੇਸਾਂ ਸਵਾਸਨਾਂ ਨਿਵਾਹੀ ਤਿਨ੍ਹਾਂ ਦੀ ਕਮਾਈ ਦਾ ਵਾਹਿਗੁਰੂ ਚਿਤਿਆ ਜਿਤਿਆਂ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਛਰਿਆਏ ਦੇਖ ਦੇਖ ਫਤਿਹ ਬਿਰਧ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਰੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਧੀਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ ਇਸ਼ਨਾਨ ਚੌਂਕੀਆਂ ਝੰਡੇ ਡੂੰਘੇ ਜੁਗੋ ਜੁਗ ਅਟਲ ਧਰਮ ਕਾ ਜੈਕਾਰਾ ਖਾਲਸਾ ਜੀ ਸਾਹਿਬ ਬੋਲੋ ਜੀ ਸਿੱਖਾਂ ਦਾ ਮਾਨੀ ਮਾਂ ਮਤ ਪੁੱਛੀ ਮਤ ਪਤ ਕੇ ਰੱਖੇ ਆਪ ਅਕਾਲ ਪੁਰਖ ਵਾਹਿਗੁਰੂ ਜੀ
ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮਾਂ ਜਿਨ੍ਹਾਂ 'ਤੇ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀਦਾਰ ਆਪਣੇ ਖਾਲਸਾ ਪੰਥ ਨੂੰ ਬਖਸ਼ਿਸ਼ ਕਰਨਾ ਜੀ। ਹੀਨ ਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਿਆਂ ਦੇ ਆਸਰੇ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀਓ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀਓ, ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ। ਆਪ ਜੀ ਦੇ ਚਰਨਾਂ ਕਮਲ 'ਚ ਬੇਨਤੀ ਅਰਦਾਸ ਹੈ, ਪਾਤਸ਼ਾਹ ਜੀ ਜਿਹਾ ਜੀਰੀ ਲਿਖਿਆ ਤਿਹਾ ਹੁਕਮ ਕਮਾਹੇ, ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੇ ਮਹਾਂਬਾਕਾ ਦੇ ਅਨੁਸਾਰ। ਆਪ ਜੀ ਦੇ ਦਰ ਕਰਦੇ ਸੇਵਕ ਪਾਤਸ਼ਾਹ ਜੀ ਤੇਜਵੰਤ ਸਿੰਘ ਜੀ ਇਸ ਸੰਸਾਰਕ ਯਾਤਰਾ ਕਰਦੇ ਹੋਏ ਪ੍ਰਲੋਕ ਸੁਧਾਰ ਗਏ ਸਨ। ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਉਹਨਾਂ ਦੀ ਧਰਮ ਸਪਤਨੀ ਵੱਲੋਂ ਅਥਵਾ ਸਾਰੇ ਪਰਿਵਾਰ ਵੱਲੋਂ ਪਾਤਸ਼ਾਹ ਮਹਾਰਾਜ ਤੁਰਕੀ ਬਾਣੀ ਆਈ ਤਿੰਨ ਸਗਲੇ ਚਿੰਤ ਮਿਟਾ ਜੀ ਦੇ ਸ੍ਰੀ ਸਹਿਜ ਪਾਠ ਪਰਾ ਆਰੰਭ ਕਰਾ ਕੇ ਭੋਗ ਪਵਾਏ ਨੇ ਪਾਤਸ਼ਾਹ। ਆਪ ਜੀ ਨੇ ਕਿਰਪਾ ਤਾਂ ਬਖਸ਼ਿਸ਼ ਕਰਨੀ, ਇਸ ਪਾਠ ਦਾ ਫਲਾ ਦੇਸ਼ ਸਰਦਾਰ ਤੇਜਵੰਤ ਸਿੰਘ ਨੂੰ ਪਾਤਸ਼ਾਹ ਮਹਾਰਾਜ ਜੀਓ ਉਹਨਾਂ ਨੂੰ ਪ੍ਰਾਪਤ ਕਰਨਾ ਦਿੱਤਾ ਪਿਤਾ ਜੀ। ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਜੀ, ਬੱਚਿਆਂ ਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ਿਸ਼ ਕਰਨੀ ਪਾਤਸ਼ਾਹ ਜੀ। ਭੋਗ ਤੋਂ ਉਪਰੰਤ ਖੁੱਲ੍ਹੇ ਪੰਡਾਲ ਦੇ ਅੰਦਰ ਦੀਵਾਨ ਸਜਾ ਕੇ ਸੰਗਤ ਨੂੰ ਨਿਹਾਲ ਕੀਤਾ ਪਾਤਸ਼ਾਹ। ਕਲਯੁਗ ਮੇਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਇ ਧਿਆਨ ਨਾਲ ਬਾਹਾਂ ਬਾਕਾਂ ਦੇ ਅਨੁਸਾਰ ਆਪ ਜੀ ਦਾ ਕੀਰਤਨ ਹੋਇਆ ਦਿੱਤਾ ਪਿਤਾ ਜੀ। ਕੀਰਤਨ ਕਰਦਿਆਂ ਆਪ ਜੀ ਦੀ ਬਾਣੀ ਪੜ੍ਹਦਿਆਂ ਬੇਅੰਤ ਭੁੱਲਾਂ ਗਲਤੀਆਂ ਹੋਈਆਂ ਹੋਣਗੀਆਂ ਮਾਫ ਕਰਨਾ ਜੀ, ਅੱਗੇ ਵਾਸਤੇ ਸ਼ੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਫਲ ਬਖਸ਼ਿਸ਼ ਕਰਨਾ ਜੀ। ਆਈ ਸਾਹਿਬ ਸੰਗਤ ਦੀ ਸਭ ਦੀ ਹਾਜ਼ਰੀ ਪ੍ਰਵਾਨ ਦਰੋਂ ਗੁਰੂ ਗੁਰਸਿੱਖੀ ਨਾਮਦਾਨ ਬਖਸ਼ਿਸ਼ ਕਰਨਾ ਪਾਤਸ਼ਾਹ ਮਹਾਰਾਜ ਜੀ ਕੜਾ ਪ੍ਰਸ਼ਾਦ ਦੀਆਂ ਦੀਗਾਂ ਹਾਜ਼ਰ ਨੇ, ਗੁਰੂ ਕਾ ਲੰਗਰ ਹਾਜ਼ਰ ਆ, ਤਈ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸਾਦ ਸਾਹ ਸੰਗਤ ਵਰਤਾਉਣ ਦੀ ਆਗਿਆ ਹੋਵੇ। ਕਰੋ ਕਿਰਪਾ ਜੀ, ਆਪ ਆਪਣੇ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸੇਈ ਪਿਆਰੇ ਮਿਲੋ, ਜਿਨ੍ਹਾਂ ਮਿਲਿਆ ਤਰ ਨਾਮ ਚਿੱਤਿਆਵੇ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਜ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਤਰੇ, ਜੋ ਸ਼ਰਧਾ ਕਰ ਸੇ ਮੰਦੇ ਗੁਰ ਪਾਰੇ ਉਤਾਰ, ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ। ਅਜੂਨੀ ਸੈ ਭੰਗੁਰ ਪ੍ਰਸਾਦ, ਜੋ ਭਜਿਓ ਸੋ ਬਿਨ ਸੈ ਪਰੋ ਵਾਜ ਕੈ ਕਾਲ, ਨਾਨਕ ਹਰ ਗੁਣ ਗਾਏ ਨੇ ਸਾਡ ਸਗਲ ਜੰਜਾਲ, ਚਿੰਤਾ ਤਾਂ ਕੀਤੀਐ ਜੋ ਅਨਹੋਨੀ ਹੋਏ, ਇਹ ਮਾਰੁਗ ਸੰਸਾਰ ਕੋ ਨਾਨਕ ਫਿਰ ਨਹੀਂ ਕੋਏ, ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ ਤਨਾ ਸ੍ਰੀ ਮਹੱਲਾ ਪੰਜਵਾਂ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਾਨੇ ਹਾਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸਮਾਨੇ ਹਾਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਪ੍ਰਭ ਸਿਉ ਲਾਗ ਰਹਿਓ ਮੇਰਾ ਜੀਤ ਆਦਿ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਮੀਤ ਰਹਾਉ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜਰ ਖਾਈ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜਰ ਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਜੋਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਗੋਦ ਵਿੱਚ ਜੁੜ ਬੈਠੇ ਗੁਰੂ ਪਿਆਰੀ ਸਾਹਿਬ ਸੰਗਤ ਜੀਓ, ਆਪ ਸਭ ਨੂੰ ਪਤਾ ਹੈ ਜੋ ਕਿ ਸਰਦਾਰ ਤੇਜਵੰਤ ਸਿੰਘ ਜੀ ਇਸ ਸੰਸਾਰਕ ਯਾਤਰਾ ਕਰਦੇ ਹੋਏ ਪ੍ਰਲੋਕ ਸੁਧਾਰ ਕੇ ਸਨ, ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਉਹਨਾਂ ਦੇ ਪਰਿਵਾਰ ਵੱਲੋਂ ਤੁਰਕੀ ਬਾਣੀ ਆਏ ਤਿੰਨ ਸਗਲੀ ਚਿੰਤ ਮਿਟਾ ਜੀ ਦੇ ਸ੍ਰੀ ਸਹਿਜ ਪਾਠ ਪਰ ਆਰੰਭ ਕਰਾਏ ਸਨ। ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਦੁਆਰਾ ਖੁੱਲ੍ਹੇ ਪੰਡਾਲ ਦੇ ਅੰਦਰ ਦੀਵਾਨ ਸਜਾ ਕੇ ਹਜ਼ੂਰੀ ਰਾਗੀ ਜਥਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਪਾਤਸ਼ਾਹ ਭਾਈ ਰਿਸ਼ਪਾਲ ਸਿੰਘ ਜੀ ਨੇ ਬੜੇ ਹੀ ਪ੍ਰੇਮ ਅਤੇ ਸਤਿਕਾਰ ਦੇ ਨਾਲ ਆਪ ਜੀ ਨੂੰ ਗੁਰਬਾਣੀ ਦੁਆਰਾ ਨਿਹਾਲ ਕੀਤਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀਓ, ਆਈ ਆਗਿਆ ਪਿਰੋਂ ਬੁਲਾਇਆ, ਨਾ ਧਨ ਪੁੱਛੀ ਨਾ ਮਤਾ ਪਕਾਇਆ। ਬੜੇ ਹੀ ਪ੍ਰੇਮ ਅਤੇ ਸਤਿਕਾਰ ਦੇ ਨਾਲ ਭਾਈ ਸਾਹਿਬ ਜੀ ਨੇ ਸ਼ਬਦ ਪੜ੍ਹਿਆ ਹੈ। ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੁਕਮ ਆ ਜਾਣਾ ਹੈ ਤਾਂ
ਅਸੀਂ ਇਸ ਸੰਸਾਰ ਦੇ ਵਿੱਚ ਇੱਕ ਵੀ ਸਾਹ ਨਹੀਂ ਲੈ ਸਕਦੇ, ਕਿਉਂਕਿ ਅਕਾਲ ਪੁਰਖ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜੋ ਕਾਨੂੰਨ ਹੈ ਸਾਰਿਆਂ ਵਾਸਤੇ ਕੋਈ ਲਾਗੂ ਹੈ। ਜਦੋਂ ਉਸ ਦਾ ਹੁਕਮ ਆ ਜਾਣਾ ਹੈ, ਕੋਈ ਛੋਟਾ ਹੈ, ਕੋਈ ਵੱਡਾ ਹੈ, ਕੋਈ ਅਮੀਰ ਹੈ, ਕੋਈ ਪਾਤਸ਼ਾਹ ਹੈ, ਕੋਈ ਗਰੀਬ ਹੈ, ਕੋਈ ਜਿੰਨਾ ਮਰਜ਼ੀ ਤਕੜਾ ਕਿਉਂ ਨਾ ਹੋਵੇ, ਪਾਤਸ਼ਾਹ ਹੁਕਮ ਹੈ ਜੋ ਅਕਾਲ ਪੁਰਖ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦਾ ਉਹ ਇੱਕੋ ਹੀ ਹੈ। ਸਭ ਨੂੰ ਇਸ ਸੰਸਾਰ ਦੇ ਵਿੱਚ ਜਾਣਾ ਹੀ ਪੈਣਾ ਹੈ। ਸਭਨਾ ਮਰਨਾ ਆਇਆ ਬੇਛੋੜਾ, ਸਭਨਾ ਪੁੱਛੋ ਜਾਏ ਸਿਆਣੀਆਂ ਆਗੇ ਮਿਲਣ ਕਿਨਾ। ਸਭਨਾ ਨੇ ਸੰਸਾਰ ਦੇ ਵਿੱਚ ਛੱਡ ਕੇ ਤੁਰ ਜਾਣਾ ਹੈ, ਪਰ ਗੁਰੂ ਪਿਆਰੀ ਸਾਹਿਬ ਸੰਗਤ ਜੀ, ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ, ਚਾਰ ਵੇਦ, ਛੇ ਸ਼ਾਸਤਰ, 18 ਪੁਰਾਣ, ਜਿੰਨੇ ਵੀ ਧਾਰਮਿਕ ਸ਼ਾਸਤਰ ਨੇ, ਸੱਤ ਯੁੱਗ, ਤ੍ਰੇਤਾ, ਦੁਆਪਰ, ਕਲਯੁੱਗ, ਜਿੰਨੇ ਵੀ ਸ਼ਾਸਤਰ ਲਿਖੇ ਗਏ ਨੇ, ਉਸ ਦੇ ਕਥਨ ਦੇ ਅਨੁਸਾਰ ਸਿਰਫ ਇੱਕੋ ਗੱਲ ਆਖੀ ਹੈ, ਨਾਮ ਧਿਆਇਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਜਵੈ ਕੀ ਤੋ ਪਵਨ ਪਨੀਤ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ, ਨਾਮ ਦੇ ਬਗੈਰ ਸਭ ਝੂਠ ਹੈ, ਨਾਮ ਤੋਂ ਬਗੈਰ ਵਿਨਾਸ਼ ਹੈ, ਸੱਚ ਨਹੀਂ ਹੈ। ਇਸ ਕਰਕੇ ਗੁਰੂ ਪਿਆਰੀ ਸਾਹਿਬ ਸੰਗਤ ਜੀਓ, ਜਿੰਨਾ ਵੀ ਹੋ ਸਕੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕਰੀਏ, ਭਜਨ ਬੰਦਗੀ ਕਰੀਏ, ਤਾਂ ਕਿ ਆਪਾਂ ਇਸ ਸੰਸਾਰ ਦੇ ਵਿੱਚ ਆਪਣਾ ਜੀਵਨ ਜਿਹੜਾ ਹੈ ਉਹ ਸਫਲ ਕਰ ਸਕੀਏ। ਜੀ ਭੁੱਲਾਂ ਚੁੱਕਾਂ ਦੀ ਖਿਮਾ ਜੀ, ਹੁਣ ਪ੍ਰਸ਼ਾਦ ਵਰਤਣਾ ਹੈ, ਉਪਰੰਤ ਆਈ ਹੋਈ ਸਾਰੀ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ। ਅੱਗੇ ਸਟੇਜ ਸਭ ਸਤਿ ਆਪ ਜੀ ਨੂੰ ਦੱਸ ਦੇਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰ ਸਤਿਕਾਰ ਜੋ ਸਾਧ ਸੰਗਤ ਜੀ, ਉਹ ਸਭ ਤੋਂ ਪਹਿਲਾਂ ਫਤਿਹ, ਅੱਜ ਆਪਾਂ ਸਾਰੇ ਉਹ ਪਿਛੜੀ ਹੋਈ ਆਤਮਾ ਭਾਈ ਤੇਜਵੰਤ ਸਿੰਘ ਜੀ ਰਾਣਾ, ਜੋ ਸਾਨੂੰ ਸਦੀਵੀ ਵਿਛੋੜਾ ਦੇ ਕੇ ਅਕਾਲ ਪੁਰਖ ਦੇ ਹੁਕਮ ਅਨੁਸਾਰ ਚਲੇ ਗਏ ਨੇ, ਉਹਨਾਂ ਦੇ ਅੰਤਮ ਅਰਦਾਸ ਦੇ ਵਿੱਚ ਆਪਾਂ ਜੁੜ ਬੈਠੇ ਹਾਂ। ਸਿਰਫ 2-4 ਮਿੰਟ ਆਪ ਜੀ ਦੇ ਲੈਣੇ ਨੇ। ਬੜੇ ਪਿਆਰ ਦੇ ਨਾਲ ਆਪਣਾ ਕਾਗਰ ਕਰਕੇ ਬਹਿਣਾ, ਗੁਰਬਾਣੀ ਦਾ ਕਥਨ ਹੈ, ਜੋ ਉਪਜਿਓ ਸੋ ਬਿਨਸ ਹੈ,
ਪਰ ਆਜ ਕੇ ਕਾਲ ਨਾਨਕ ਹਰ ਗੁਣ ਗਾਇਲ ਹੈ ਸ਼ਾਟ ਸਗਲ ਜੰਜਾਲ। ਜੋ ਦ੍ਰਿਸ਼ਟਮਾਨ ਚੀਜ਼ ਹੈ ਆਪਾਂ ਇਹਨਾਂ ਅੱਖਾਂ ਨਾਲ ਦੇਖਦੇ ਹਾਂ, ਇਹਨਾਂ ਇੱਕ ਨਾ ਇੱਕ ਦਿਨ ਬਿਨਸ ਜਾਣਾ ਹੈ। ਇੱਥੇ ਰਾਣਾ ਰਾਮ ਨਾ ਕੋ ਰਹੇ, ਰੰਗ ਨਾ ਤੁੰਗ ਫਕੀਰ, ਬਾਰੀ ਆਪੋ ਆਪਣੀ ਕੋਈ ਨਾ ਵੰਡੇ ਧੀਰ। ਜੇਕਰ ਆਪਾਂ ਭਾਈ ਤੇਜਵੰਤ ਸਿੰਘ ਜੀ ਰਾਣੇ ਦੀ ਗੱਲ ਕਰੀਏ, ਆ ਜੀਵਨ ਸਾਨੂੰ ਸੁਭਾਸ਼ਾਂ 'ਚ ਮਿਲਿਆ, ਇਹ ਕਿਤੇ ਮੱਤ ਸੋਚਿਓ ਵੀ ਆਪਾਂ 100 ਸਾਲ ਦੇ ਹੋ ਕੇ ਮਰਾਂਗੇ ਜਾਂ ਆਪਾਂ 80 ਸਾਲ ਦੇ ਹੋ ਕੇ ਮਰਾਂਗੇ। ਕਈ ਮਾਤਾ ਦੇ ਉਧਰ ਦੇ ਵਿੱਚ ਮਰ ਜਾਂਦੇ ਨੇ, ਉਹ ਕਾਰਨ ਕੀ ਹੁੰਦਾ? ਸਵਾਸ ਇੰਨੇ ਲਿਖੇ ਹੁੰਦੇ ਨੇ, ਕੁਝ ਸਕਿੰਟਾਂ ਦੇ ਹੋ ਕੇ ਵੀ ਚਲੇ ਜਾਂਦੇ ਨੇ, ਕੁਝ ਮਿੰਟਾਂ ਦੇ ਹੋ ਕੇ ਚਲੇ ਜਾਂਦੇ ਨੇ, ਕੁਝ ਸਾਲਾਂ ਦੇ ਹੋ ਕੇ ਚਲੇ ਜਾਂਦੇ ਨੇ। ਸਿਰਫ ਇੱਕ ਭੂਮਿਕਾ ਮੈਂ ਤੁਹਾਨੂੰ ਦੱਸ ਰਿਹਾ, ਕੋਈ ਨੀ, ਜੇ ਆਪਾਂ ਇੱਥੇ ਨਹੀਂ ਬੈਠੇ ਆ ਸੋਗ ਵੀ ਸਮਾਂ ਹੁੰਦਾ, ਜੇ ਮਨ ਇੱਥੇ ਨਹੀਂ ਟਿਕਿਆ ਭਗਤੀ ਕਰਨ ਜਿੱਥੇ ਮਰਜ਼ੀ ਬਹਿ ਜਾ ਮਨ ਨਹੀਂ ਟਿਕੇਗਾ। ਮੈਂ ਗੁਰੂ ਗ੍ਰੰਥ ਸਾਹਿਬ ਤਾਬੇ ਦੇ ਵਚਨ ਕਰਦੇ ਹਾਂ, ਬੜੇ ਪਿਆਰ ਨਾਲ ਬੈਠੋ 2-4 ਮਿੰਟ, ਕੋਈ ਗੱਲ ਨਹੀਂ, ਆਪਾਂ ਸਭਨਾ ਮਰਨ ਆਇਆ। ਬਾਬਾ ਜੀ ਵਚਨ ਕਹਿ ਰਹੇ ਸੀ, ਵਿਛੋੜਾ ਸਭਨਾ ਪੁੱਛੋ ਜਾਏ ਸਿਆਣਿਆ ਅੱਗੇ ਮਿਲਣ ਕੇ ਨਾ। ਹੁਣ ਮੈਂ ਕੋਈ ਸਾਖੀ ਨਹੀਂ ਤੁਹਾਡੇ ਨਾਲ ਕੋਈ ਸਾਂਝੀ ਕਰਾਂਗਾ, ਸਿਰਫ 2-4 ਮਿੰਟ ਲੈਣੇ ਆ। ਮੈਂ ਪ੍ਰਾਣੀ ਨੂੰ ਕਰਨਾ ਕੀ ਚਾਹੀਦਾ? ਆ ਜਿੰਨੇ ਸਾਖ ਸੰਬੰਧ ਸਾਡੇ ਜੁੜੇ ਜਾਂਦੇ ਨੇ, ਦਾਰਾ ਮੀਤ ਪੂਤ ਰਤ ਸੰਬੰਧੀ ਇਸ਼ਟ ਮੀਤ ਦਰ ਭਾਈ ਪੂਰਵ ਜਨ ਕੇ ਮਿਲੇ ਸੰਜੋਗੀ ਆਂਦੇ ਗੋਰਾ ਸਾਈ। ਜਦੋਂ ਇਹਨਾਂ ਦਾ ਸਾਖ ਕੋਈ ਲੈਣ ਵਾਸਤੇ ਆਉਂਦਾ ਹੈ, ਕੋਈ ਦੇਣ ਵਾਸਤੇ ਆਉਂਦਾ, ਜਦੋਂ ਸਾਖ ਕਿਤਾਬ ਪੂਰਾ ਹੋ ਜਾਂਦਾ ਉਦੋਂ ਉਹ ਉਡਾਰੀ ਮਾਰ ਜਾਂਦਾ। ਤੇਜਵੰਤ ਸਿੰਘ ਦੀ ਇੱਕ ਸ਼ਖਸੀਅਤ ਸੀ, ਚਲੋ ਸਾਡੇ ਤਾਂ ਰਿਸ਼ਤੇਦਾਰੀ ਵਿੱਚੋਂ ਮਾਮਾ ਜੀ ਸਨ ਅਤੇ ਪਿੰਡ ਦੇ ਸਾਡੇ ਜਵਾਈ, ਸਾਡਾ ਉਹਨਾਂ ਨਾਲ ਬੜਾ ਨਿਉਂ ਸੀ। ਅਤੇ ਅੱਜ ਕੱਲ੍ਹ ਦੁਨੀਆ ਕੋਲ ਪੈਸਾ ਬੜਾ ਹੈ, ਮੈਂ ਕਿੰਦੂ ਪ੍ਰੰਤੂ ਨਹੀਂ ਕਰੇਗਾ, ਪਰ ਗੁਰੂ ਘਰ ਵਿੱਚ ਪੈਸਾ ਲਾ ਦੇਣਾ ਇਹ ਵੀ ਵਾਹਿਗੁਰੂ ਦੀ ਪਾਰ ਕਿਰਪਾ ਤੋਂ ਬਗੈਰ ਪੈਸਾ ਲੱਗ ਨਹੀਂ ਸਕਦਾ। ਆ ਪਿੱਛੇ ਤਖ਼ਤ ਸ੍ਰੀ ਪਟਨਾ ਸਾਹਿਬ ਗੁਰੂ ਕੇ ਲੰਗਰ ਲੱਗਿਆ ਕਿਲ੍ਹਾ ਅਨੰਦਗੜ੍ਹ ਸਾਹਿਬ ਵੱਲੋਂ, ਬਾਬਾ ਜੀ ਦੇ ਭਤੀਜੇ ਜੀ ਬੈਠੇ ਆ, ਬਾਬਾ ਖੜ ਸਿੰਘ ਜੀ ਬੈਠਾ ਹੈ, ਇਹਨਾਂ ਨੇ 2 ਲੱਖ ਰੁਪਇਆ ਉੱਥੇ ਅਰਦਾਸ ਕਰਾਈ। ਸਾਡੇ ਪਿੰਡ ਵਿੱਚ ਟੂਰਨਾਮੈਂਟ ਬੜੇ ਮਹਾਂਪੁਰਸ਼ਾਂ ਦੀ ਯਾਦ ਵਿੱਚ ਮਨਾਇਆ ਜਾਂਦਾ, 1 ਲੱਖ ਤੋਂ ਕਦੇ ਵੀ ਇਹਨਾਂ ਨੇ ਪੈਸਾ ਘੱਟ ਨਹੀਂ ਦਿੱਤਾ। ਹੋਰ ਵੀ ਕੋਈ ਪ੍ਰੋਗਰਾਮ ਹੋਵੇ ਵੱਧ ਚੜ੍ਹ ਕੇ ਉਹਦੇ ਵਿੱਚ ਹਿੱਸਾ ਪਾਉਂਦੇ। ਸੋ ਸਤਿਗੁਰੂ ਜੀ ਅਸੀਂ ਤਾਂ ਇਹ ਅਰਦਾਸ ਕਰਾਂਗੇ, ਇਹ ਵਿਛੜੀ ਹੋਈ ਆਤਮਾ ਨੂੰ
ਆਪਣੇ ਚਰਨਾਂ 'ਚ ਨਿਵਾਸ ਬਖਸ਼ਣ। ਸੋ ਉਹਨਾਂ ਦੇ ਪਰਿਵਾਰ ਵੱਲੋਂ ਹੀ ਸਾਧਨੀ ਮਹਿਕ ਸਹਾਇਤਾ 5 ਗੁਰ ਇਤਿਹਾਸ ਸਥਾਨਾਂ 'ਤੇ ਭੇਜੀ ਜਾਂਦੀ ਹੈ। ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਸਾਡੇ ਸ਼ਹੀਦੀ ਬਾਗ ਤੋਂ ਬਾਬਾ ਗੁਰਦੇਵ ਸਿੰਘ ਜੀ, ਉਹਨਾਂ ਦੇ ਸਿੰਘ ਬੈਠੇ ਨੇ, ਉਹ ਆ ਕੇ ਮਾਇਆ 30,000 ਰੁਪਇਆ ਅਤੇ ਗੁਰੂ ਦੀ ਬਖਸ਼ਿਸ਼ ਸਿਰਪਾਓ ਦੀ ਦਾਤ ਲੈਣ ਦੀ ਕਿਰਪਾਲਤਾ ਕਰਨ ਦੀ ਸ਼ਹੀਦੀ ਬਾਗ ਤੋਂ ਜੀ ਵੀ 30,000 ਰੁਪਏ ਦਿੱਤੇ ਜਾਂਦੇ ਨੇ। ਉਹਨਾਂ ਦਾ ਕੋਈ ਸੇਵਕ ਹੋਵੇ ਠੀਕ ਹੋ ਗਿਆ। ਬਾਬਾ ਗੁਰਦਿੱਤਾ ਜੀ ਦੀਨ ਦੁਨੀ ਦਾ ਇਹ ਵੀ ਇਤਿਹਾਸਕ ਗੋਲਕ ਵਿੱਚ 30,000 ਰੁਪਏ ਪਾਏ ਜਾਣਗੇ। ਹੁਣ ਮੈਂ ਬੇਨਤੀ ਕਰਾਂਗਾ ਕਿਲ੍ਹਾ ਆਨੰਦਗੜ੍ਹ ਸਾਹਿਬ ਤੋਂ ਬਾਬਾ ਜੀ ਪਹੁੰਚੇ ਨੇ, ਸ਼੍ਰੀ ਮਾਨ ਸੰਤ ਬਾਬਾ ਲਾਭ ਸਿੰਘ ਜੀਆਂ ਦੇ ਭਤੀਜੇ, ਉਹ ਆ ਕੇ 30,000 ਰੁਪਇਆ ਉਧਰ ਮਾਫ ਕਹਿੰਦਾ ਬੋਧਰੇ ਉਹਨਾਂ ਦੇ ਬੋਧਰੇ ਪਹੁੰਚੇ ਨੇ। ਛੋਟਾ ਨਾਂ ਤਾਂ ਮਿੱਠੂ ਆ, ਬੜਾ ਮੈਨੂੰ ਭੁੱਲ ਗਿਆ, ਅਸੀਂ ਪਿਆਰ ਨਾਲ ਮਿੱਠੂ ਹੀ ਕਹਿੰਦੇ ਇਹਨਾਂ ਨੂੰ। ਸੋ ਇਹਨਾਂ ਤੋਂ ਬਾਅਦ ਬਾਬਾ ਖੜ ਸਿੰਘ ਜੀ ਇੱਥੇ ਪਹੁੰਚੇ ਨੇ, 30,000 ਰੁਪਇਆ ਗੁਰਦੁਆਰਾ ਨੀਰਾ ਸਾਹਿਬ ਚੰਦ ਪਰਵੇਲਾ ਉਹ ਬਾਬਾ ਜੀ ਪਹੁੰਚੇ ਨੇ। ਮੈਂ ਨਾਲ ਦੀ ਨਾਲ ਬੇਨਤੀ ਕਰਦੇ ਹਾਂ ਤੇ ਦਾਸ ਭੱਠੀਆਂ 22 ਸਤ ਨਾਮ ਵਾਹਿਗੁਰੂ। ਗੱਡੀਆਂ ਦਾ ਪ੍ਰਬੰਧ ਹੈ, ਸਾਡੇ ਨਾਲ ਲਿੰਕ ਬਣਾ ਲੈਣਾ ਜਿਹਨਾਂ ਨੇ ਵੀ ਸੇਵਾ ਵਾਸਤੇ ਦੇਣਾ ਹੋਵੇ। 10 ਵਜੇ 9 ਵਜੇ ਗੱਡੀਆਂ ਆਨੰਦਗੜ੍ਹ ਸਾਹਿਬ ਤੋਂ ਰਵਾਨਾ ਹੋਣਗੀਆਂ, ਬਕਾਇਦਾ ਅਰਦਾਸ ਹੋਵੇਗੀ।